ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਬੀਬੀ ਰਜਿੰਦਰ ਕੌਰ ਪੱਠਲ ਅੱਜ ਬਾਅਦ ਦੁਪਹਿਰ ਨਾਭਾ ਨੇੜਲੇ ਪਿੰਡ ਰੋਹਟੀ ਬਸਤਾ ਸਿੰਘ ਪਹੁੰਚੇ ਜਿੱਥੇ ਕਿ ਉਹਨਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਉੱਪਰ ਵੱਡੇ ਸ਼ਬਦੀ ਹਮਲੇ ਕੀਤੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਰਜਿੰਦਰ ਕੌਰ ਪੱਠਲ ਨੇ ਕਿਹਾ ਕਿ ਸੂਬੇ ਦੀ ਜਨਤਾ ਬਦਲਾਅ ਤੋਂ ਪੂਰੀ ਤਰ੍ਹਾਂ ਤੰਗ ਆ ਚੁੱਕੀ ਹੈ। ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੱਲੋਂ ਭਾਰਤ ਜੋੜੋ ਯਾਤਰਾ ਅਤੇ ਲੋਕ ਸਭਾ ਦੀਆਂ ਤਿਆਰੀਆਂ ਸੰਬੰਧੀ ਕੀਤੇ ਗਏ ਸਵਾਲ ਤੇ ਉਹਨਾਂ ਕਿਹਾ ਕਿ ਕਾਂਗਰਸ ਪੂਰੀ ਤਰ੍ਹਾਂ ਤਿਆਰ ਹੈ ਤੇ ਰਾਹੁਲ ਗਾਂਧੀ ਵੱਲੋਂ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ ਦਾ ਅਸਰ ਹੁਣ ਪੰਜਾਬ ਹੀ ਨਹੀਂ ਸਗੋਂ ਪੂਰੇ ਦੇਸ਼ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਦੇਖੋ, ਅਸੀਂ ਤਾਂ ਪੋਲੀਟੀਕਲ ਪਾਰਟੀਆਂ ਸਾਡੇ ਕਹੇ ਦਾ ਤਾਂ ਸਮਝਦੇ ਹਾਂ ਕਿ ਸ਼ਾਇਦ ਇਹ ਵਿਰੋਧੀ ਨੇਗੇ, ਲੇਕਿਨ ਪੰਜਾਬ ਦੇ ਲੋਕ ਇਹਨਾਂ ਦੇ ਰਾਜ ਭਾਗ ਨੂੰ ਦੇਖ ਕੇ ਠੱਗੇ ਠੱਗੇ ਮਹਿਸੂਸ ਕਰਦੇ ਆ ਕਿ ਅਸੀਂ ਸੋਚਿਆ ਕੁਛ ਸੀ ਅਤੇ ਹੋਇਆ ਕੁਛ ਹੈ, ਬਹੁਤ ਵੱਡਾ ਧੋਖਾ ਸਮਝਦੇ ਆ, ਕਿਉਂਕਿ ਕੋਈ ਵੀ ਵਾਅਦਾ ਪੂਰਾ ਨਹੀਂ ਕਰ ਸਕੇ 9 ਸਾਲਾਂ ਦੇ ਵਿੱਚ। ਆ ਪੈਨਸ਼ਨ ਵਾਲੀਆਂ ਬੀਬੀਆਂ ਅੱਡ ਉਡੀਕਦੀਆਂ, ਹੋਰ ਅੱਡ ਉਡੀਕਦੇ, ਇਕੱਲੇ ਇਕੱਲੇ ਜਿਹੜੀ ਜਿਹੜੀ ਗੱਲ ਨੂੰ ਗਿਣੀਏ, ਇਹ ਬਿਲਕੁਲ ਫੇਲੀਅਰ ਸਰਕਾਰ ਹੈ। ਸਿਰਫ ਲੋਕਾਂ ਦਾ ਜਿਹੜੀ ਅਟੈਂਸ਼ਨ ਹੈ ਉਹ ਕਦੇ ਉਹ ਫਲਾਨੇ ਦੇ ਮਗਰ ਵਿਜੀਲੈਂਸ ਪਾਤੀ, ਉਹਦੇ ਮਗਰ ਪਾਤੀ, ਆਹ ਪਾਤੀ, ਇਹਦਾ ਤਾਂ ਆਪਣਾ ਕੰਮ ਹੈ, ਚੱਲਦੇ ਰਹਿੰਦੇ ਆ। ਤੁਸੀਂ ਦੱਸੋ ਤੁਸੀਂ ਲੋਕਾਂ ਨੇ ਕੀ ਕੀਤਾ, ਆਪ ਵਾਲੀ ਪਾਰਟੀ ਦੀ ਸਰਕਾਰ ਦੱਸੇ। ਇਸ ਕਰਕੇ ਇੱਥੇ ਬਿਲਕੁਲ ਫੇਲੀਅਰ ਹੈ। ਇਹੀ ਕਾਰਨ ਹੈ ਕਿ ਤੁਸੀਂ ਕਿਤੇ ਨਹੀਂ ਦੇਖਿਆ ਹੋਣਾ ਕਿ ਵਿਦ ਇਨ 3 ਮੰਥਸ ਜਾਂ 4 ਮੰਥਸ ਉਹ ਸੀਟ ਜਿੱਥੇ CM ਜਿਹੜਾ ਹੈਗਾ ਉਹਦਾ ਜ਼ਿਲ੍ਹਾ ਹੋਵੇ, ਉਹਦੀ ਆਪਣੀ ਸੀਟ ਹੋਵੇ, ਉੱਥੇ ਲੋਕਾਂ ਨੇ ਹਰਾਤਾ ਹੋਵੇ। ਲੋਕ ਸਭਾ ਨੇੜੇ ਆ ਰਹੀਆਂ ਨੇ, ਕਿਸ ਤਰ੍ਹਾਂ ਦੀ ਤਿਆਰੀ ਕਾਂਗਰਸ ਦੀ ਹੈ, ਜਿਸ ਤਰ੍ਹਾਂ ਭਾਰਤ ਜੋੜੋ ਯਾਤਰਾ ਆ ਰਹੀ ਹੈ, ਇਸ ਤੋਂ ਬਿਨਾਂ ਕਾਂਗਰਸ ਕਿਸ ਤਰ੍ਹਾਂ ਤਿਆਰੀ ਕਰ ਰਹੀ ਹੈ ਪੂਰੀ ਜਿਹੜੀ 13 ਵਿਧਾਨ ਸਭਾ ਜਿਹੜੇ ਲੋਕ ਸਭਾ ਹਲਕੇ ਨੇ? ਭਾਰਤ ਜੋੜੋ ਯਾਤਰਾ ਜਿਹੜੀ ਰਾਹੁਲ ਗਾਂਧੀ ਜੀ ਨਫ਼ਰਤ ਨੂੰ ਮਿਟਾਉਣ ਲਈ, ਸਾਂਝੀਵਾਲਤਾ, ਪਿਆਰ, ਧਰਮ ਨਿਰਪੱਖਤਾ ਸਾਰਿਆਂ ਥਾਵਾਂ 'ਤੇ ਆ ਕੇ ਅਤੇ ਸੱਚਾਈ ਦਾ ਸਾਥ ਦੇਣ ਲਈ ਲੈ ਕੇ ਜਿਹੜਾ ਝੰਡਾ ਲੈ ਕੇ ਨਿਕਲੇ ਨੇ, ਉਹ ਸਾਰੀ ਯਾਤਰਾ ਦਾ ਬਹੁਤ ਭਾਰੀ ਇੱਕ ਬਦਲਾਅ ਆਇਆ ਦੇਸ਼ ਦੇ ਵਿੱਚ। ਲੋਕਾਂ ਦਾ ਇੱਕ ਵਾਰ ਯਕੀਨ ਬੱਝਿਆ, ਫਿਰ ਕੇ ਸਾਰੀਆਂ ਦੇਖ ਲਈਆਂ ਸੀ ਪਾਰਟੀਆਂ, ਜੇ ਹੋ ਸਕਦੀ ਹੈ ਸਿਰਫ ਕਾਂਗਰਸ ਹੀ ਹੈ ਜਿਹੜੀ ਦੇਸ਼ ਇਕੱਠਾ ਵੀ ਰੱਖ ਸਕਦੀ ਹੈ, ਦੇਸ਼ ਚਲਾ ਵੀ ਸਕਦੀ ਹੈ। ਇਹਦਾ ਰਿਜ਼ਲਟ ਸਾਰੇ ਲੋਕਾਂ ਨੇ ਹਿਮਾਚਲ 'ਚ ਵੀ ਦੇਖ ਲਿਆ, ਤੁਹਾਡੇ ਸਾਹਮਣੇ ਅਸੀਂ ਕੋਈ ਸਾਡਾ ਵੱਡਾ ਨਹੀਂ ਕੰਪੇਨ 'ਤੇ ਗਿਆ, ਇਹ ਤਾਂ ਆਪ ਵਾਲੇ ਤਾਂ ਸਾਰੇ ਕੇਜਰੀਵਾਲ ਜੀ ਕਿੰਨੇ ਮਹੀਨੇ ਪਹਿਲਾਂ ਹੀ ਉੱਥੇ ਜਹਾਜ਼ ਲਈ ਤੁਰੇ ਫਿਰਦੇ ਸੀ ਭਗਵੰਤ ਮਾਨ ਹੋਣੀ, ਲੇਕਿਨ ਉੱਥੇ ਇਹਨਾਂ ਦਾ ਖਾਤਾ ਵੀ ਨਹੀਂ ਖੁੱਲ ਸਕਿਆ। ਇਸ ਕਰਕੇ ਸਾਰੇ ਲੋਕਾਂ ਨੇ ਸਾਨੂੰ ਹਿਮਾਚਲ ਦੇ ਵਿੱਚ ਜਿਹੜਾ ਇੱਕ ਦਿਖਾਤਾ ਕਿ ਬੜੇ ਲੋਕ ਸਮਝਦਾਰ ਹੈ, ਸਭ ਕੁਛ ਹੈ, ਉਹਨਾਂ ਨੇ ਸਾਰਾ ਇਹਨਾਂ ਨੂੰ ਇੰਨੇ ਕੁ ਮਹੀਨਿਆਂ 'ਚ ਹੀ ਪਰਤਿਆ ਲਿਆ। ਕਾਂਗਰਸ ਨੂੰ ਮੋੜ ਕੇ ਲਿਆਤਾ, ਕਾਂਗਰਸ ਨੂੰ ਹਿਮਾਚਲ 'ਚ ਮੋੜ ਕੇ ਜਿਹੜਾ ਲਿਆਂਦਾ ਮੋੜਾ ਪਿਆ, ਇਹਦੇ ਨਾਲ ਪੰਜਾਬ ਅਤੇ ਪੂਰੇ ਦੇਸ਼ ਦੇ ਵਿੱਚ ਬਹੁਤ ਅੱਛਾ ਪੋਜੀਟਿਵ ਅਸਰ ਜਾਣਾ। ਕਾਗਜ਼ੀ ਗੱਲਾਂ ਦਾ ਕੋਈ ਫਾਇਦਾ ਨਹੀਂ, ਜਿਹੜੀਆਂ ਕਾਗਜ਼ੀ ਗੱਲਾਂ ਦਿਖਾ ਰਹੇ ਹੈਗੇ ਨੇ ਕਿ ਕਿੱਥੇ ਦਿੱਤੀ 25,000 ਕਿਉਂ ਦਿੱਤੀ, ਧਰਨਿਆਂ 'ਤੇ ਤਾਂ ਜੇ ਉਂਝ ਬੈਠੇ ਨੇ, ਜਿਹੜੇ ਬੇਰੁਜ਼ਗਾਰ ਸੀ ਉਹ ਵੀ ਉਂਝ ਬੈਠੇ, ਦੂਜੇ ਲੋਕ ਵੀ ਉਂਝ ਬੈਠੇ, ਕਿਸਾਨ ਵੀ ਉਂਝ ਬੈਠੇ, ਕਿਹੜੀ ਜਥੇਬੰਦੀ ਨਹੀਂ ਬੈਠੀ? ਔਰ ਉਸ ਦੇ ਉੱਪਰ ਦੀ ਜੋ ਸਿਚੁਏਸ਼ਨ ਅੱਜ ਲਾਅ ਐਂਡ ਆਰਡਰ ਦੀ ਪੰਜਾਬ ਦੇ ਵਿੱਚ ਹੋਈ ਹੈ, ਇਹ ਜੀ ਅਸੀਂ ਨਹੀਂ ਦੇਖੀ। ਲੁੱਟਾਂ, ਖੋਹਾਂ, ਕਿਸ ਕਿਸ ਤਰੀਕੇ ਦੇ ਨਾਲ ਘਨਾਉਣੀਆਂ ਹਰਕਤਾਂ ਹੋ ਕੇ ਅੱਜ ਕੋਈ ਵੀ ਸੇਫ ਨਹੀਂ ਆਪਣੇ ਆਪ ਨੂੰ ਮਹਿਸੂਸ ਕਰਦਾ। ਅੱਜ ਉਹੀ ਮਾੜਾ ਸਮਾਂ ਜਿਹੜਾ ਅਸੀਂ ਚਾਹੁੰਦੇ ਹਾਂ ਰੱਬ ਕਰੇ ਕਿ ਨਾ ਆਵੇ ਪੰਜਾਬ 'ਤੇ, ਅੱਤਵਾਦ ਦੇ ਸਮੇਂ ਦੇ ਵਿੱਚ ਆਹ ਚੀਜ਼ਾਂ ਦੀ ਸ਼ੁਰੂਆਤ ਹੋਈ ਸੀ ਅਤੇ ਕਿੰਨਾ ਭਿਆਨਕ ਉਹਦਾ ਨਤੀਜਾ ਨਿਕਲਿਆ ਸੀ। ਅੱਜ ਲੱਗਦਾ ਹੈ ਕਿ ਸਰਕਾਰ ਦੇ ਹੱਥੋਂ ਸਾਰਾ ਕੁਛ ਕੰਟਰੋਲ ਤੋਂ ਬਾਹਰ ਹੈ ਅਤੇ ਇਹ ਸਿਰਫ ਲੋਕਾਂ ਨੂੰ ਇੱਧਰ ਮਨ ਭਰਮਾਉਣ ਲਈ ਆਹ ਦਿਖਾ ਦਿੰਦੇ ਆ, ਉਹ ਫੜ ਲਿਆ, ਉਹ ਛੱਡਤਾ, ਇਹ ਤਾਂ ਇਹਨਾਂ ਦੀ ਕਾਰਵਾਈਆਂ ਹੁੰਦੀਆਂ ਰਹਿੰਦੀਆਂ। ਲੇਕਿਨ ਪੰਜਾਬ ਦੇ ਸੂਬੇ ਨੂੰ ਸੰਭਾਲੋ, ਕਿੰਨੇ ਕਿੰਨੇ ਮਹੀਨੇ ਗੈਰ ਹਾਜ਼ਰ ਰਹਿ ਕੇ CM ਕਦੇ ਗੁਜਰਾਤ ਫਿਰਦੇ ਆ, ਕਦੇ ਹਿਮਾਚਲ ਫਿਰਦੇ ਆ, ਉੱਥੋਂ ਲੱਭਿਆ ਕੀ? ਕੁਛ ਵੀ ਨਹੀਂ। ਉੱਥੇ ਪ੍ਰਚਾਰ ਕਰਦੇ ਸੀ ਉਹ, ਜੇ ਉਹ ਪ੍ਰਚਾਰ ਇਹਨਾਂ ਸੱਚੀ ਮੁੱਚੀ ਪੰਜਾਬ 'ਚ ਕੁਛ ਕੀਤਾ ਹੁੰਦਾ ਤਾਂ ਹਿਮਾਚਲ ਤਾਂ ਆਪਣੇ ਨਾਲ ਲੱਗਦਾ, ਉੱਥੇ ਅਸਰ ਨਾ ਹੁੰਦਾ। ਲੋਕਾਂ ਨੂੰ ਪਤਾ ਹੈ ਕਿ ਸਭ ਡਰਾਮਾ ਝੂਠ ਹੈ, ਕਾਗਜ਼ੀ ਹੈ। ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਵੀ ਜਿਹੜੇ ਦਾਗੀ ਮੰਤਰੀ ਸੀ ਜਾਂ ਸਾਬਕਾ ਵਿਧਾਇਕ ਸੀ ਉਹਨਾਂ ਨੂੰ ਜੇਲ੍ਹ ਦੇ ਅੰਦਰ ਗਿਰਾਂਗੇ, ਕਿਸ ਤਰ੍ਹਾਂ ਦੇਖ ਲਓ ਵਿਜੀਲੈਂਸ ਦੀ ਜਿਹੜੀ ਕਾਰਵਾਈ ਹੋ ਰਹੀ ਹੈ ਪੰਜਾਬ 'ਚ? ਦੇਖੋ, ਜਿਸ ਤਰ੍ਹਾਂ ਕਿਹਾ ਕਿ ਹਰ ਸਰਕਾਰ ਇਸ ਤਰ੍ਹਾਂ ਕਹਿੰਦੀ ਵੀ ਹੈ ਅਤੇ ਕਰਦੀ ਵੀ ਹੈ, ਜਿਹੜੇ ਗੁਨਾਹਗਾਰ ਹੋਣਗੇ ਫਸ ਜਾਣਗੇ। ਇਹ ਤਾਂ ਮੈਂ ਦੱਸਿਆ ਕਿ ਤਾਂ ਕੰਟੀਨਿਊਸ ਪ੍ਰੋਸੈਸ ਹੈ, ਇਹਨੂੰ ਆਪਣੀ ਇਹ ਨੰਗਣ ਕਿ ਸਾਡੀ ਆ ਬਹੁਤ ਵੱਡੀ ਪ੍ਰਾਪਤੀ, ਕੀ ਕੀਤਾ, ਕਿੱਥੇ ਕੀਤਾ, ਕਿਵੇਂ ਕੀਤਾ, ਜੇ ਕਿਹੜੇ ਕਿਹੜੇ CM ਜਿਹੜੇ ਬਾਹਰ ਤੁਰੇ ਫਿਰਦੇ ਨੇ, ਫਿਰਦੇ ਨੇ ਤੁਹਾਡੇ ਸਾਹਮਣੇ, ਜਿਹੜੇ ਵੱਡੇ ਲੋਕਾਂ ਨੂੰ ਹੱਥ ਪਾਇਆ ਕਿਸੇ ਨੂੰ, ਇੱਕ ਕਾਗਜ਼ੀ ਕਾਰਵਾਈ ਜੀ ਪੜਤਾਲ ਸ਼ੁਰੂ ਕਰਤੀ ਆ ਕੇ ਉਹ ਕਰਤਾ ਆਹ ਕਰਤਾ ਦਿਖਾਵਾ ਕਰਕੇ, ਇਹ ਦਿਖਾਵਾ ਜ਼ਿਆਦਾ ਕਰਦੇ ਨੇਗੇ। ਅਤੇ ਅਸੀਂ ਸਮਝਦੇ ਹਾਂ ਕਿ ਇਹ ਤਾਂ ਇੱਕ ਜਿਵੇਂ ਮੈਂ ਪਹਿਲਾਂ ਕਿਹਾ, ਇਹ ਤਾਂ ਕੰਟੀਨਿਊਸ ਪ੍ਰੋਸੈਸ ਹੈ। ਜੇ ਕੋਈ ਕਿਸੇ ਨੇ ਮਾੜਾ ਕੀਤਾ, ਉਹ ਇੱਕ ਵਿੰਗ ਹੈ ਵਿਜੀਲੈਂਸ, ਉਹਦਾ ਕੰਮ ਉਹ ਕਰਦਾ ਰਹਿ ਰਿਹਾ। ਸਾਰੀ ਸਰਕਾਰ ਦਾ ਕੰਮ ਤਾਂ ਇਹੀ ਇਕੱਲਾ ਨਹੀਂ ਨਾ ਹੈ, ਸਾਰੀ ਸਰਕਾਰ ਨੇ ਕੀ ਕੀਤਾ ਉਹ ਦੱਸੇ, ਉਹਦੇ 'ਚ ਫੇਲ ਹੋਏ ਨੇ, ਲੋਕ ਇਹਨਾਂ ਨੂੰ ਸਮਝ ਚੁੱਕੇ ਹੈ, ਲੋਕਾਂ ਨੇ ਇਹ ਬਦਲਾਅ ਦੇਖ ਕੇ ਅੱਜ ਪਛਤਾਪ ਕਰ ਰਹੇ ਨੇ। 600 ਯੂਨਿਟ ਮਾਫ਼ ਕੀਤਾ ਸਰਕਾਰ ਨੇ, ਪਹਿਲੀ ਵਾਰ ਹੋਇਆ ਸਰਦੀ ਦੇ ਵਿੱਚ ਇੰਨੀ ਜ਼ਿਆਦਾ ਖਪਤ ਹੋਈ, 8500 ਮੈਗਾਵਾਟ ਤੱਕ ਚਲੀ ਗਈ ਅਤੇ ਕੱਟ ਲਗਾਉਣੇ ਪੈ ਰਹੇ ਨੇ ਸਰਦੀ ਦੇ ਵਿੱਚ, ਕਿਸ ਤਰ੍ਹਾਂ ਸਮਝਦੇ ਹੋ ਆਉਣ ਵਾਲੇ ਟਾਈਮ 'ਚ ਪੰਜਾਬ ਦਾ ਭਵਿੱਖ ਕੀ ਹੋਏਗਾ ਜੇਕਰ ਇਸ ਤਰ੍ਹਾਂ ਹੀ ਫ੍ਰੀ ਚੱਲਦੀ ਰਹੇਗੀ, ਘਾਟਾ ਚੱਲ ਰਿਹਾ PSEBCL ਨੂੰ?
ਅਨਟ੍ਰੇਨਡ ਸਰਕਾਰ ਆਈ ਹੈ। ਅੱਜ ਕਿਸੇ ਥਾਂ 'ਤੇ ਮੈਂ ਜੋ ਸਮਝਦੀ ਹਾਂ ਕਿ ਬਿਊਰੋਕਰੇਸੀ ਇਹਨਾਂ ਤੋਂ ਪਰੇਸ਼ਾਨ ਹੈ, ਮੁਲਾਜ਼ਮ ਇਹਨਾਂ ਤੋਂ ਪਰੇਸ਼ਾਨ ਹੈ, ਲੋਕ ਇਹਨਾਂ ਤੋਂ ਪਰੇਸ਼ਾਨ ਹੈ, ਅਦਾਰਿਆਂ ਵਿੱਚ ਕੀ ਕਰਨਾ, ਕਦੋਂ ਕਰਨਾ, ਕਿਵੇਂ ਕਰਨਾ, ਜਿਹਦਾ ਕੋਈ ਸਿਸਟਮ ਨਹੀਂ, ਕੁਛ ਨਹੀਂ। ਅਤੇ ਇੱਕ ਅਣਜਾਣਾਂ ਦੇ ਹੱਥ, ਜਿਵੇਂ ਕਹਿੰਦੇ ਨਾ ਆਈਟਮ ਬੰਬ ਫੜਾ ਦਿਓ ਕਿਸੇ ਅਣਜਾਣ ਬੱਚੇ ਦੇ ਹੱਥ ਵਿੱਚ, ਉਹਦੇ ਨਾਲ ਖਤਰਾ ਹੀ ਖਤਰਾ ਹੁੰਦਾ। ਸੋ ਅੱਜ ਜੋ ਪੰਜਾਬ ਲਈ ਇਸ ਸਰਕਾਰ ਦੇ ਵਿੱਚ ਆਇਆ ਦਿਨ ਖਤਰੇ ਦਾ ਹੀ ਖਤਰੇ ਦਾ ਉਗੂ ਬਚਾਉਂਦਾ। ਲਾਸਟ ਵਾਲਾ ਜੀ, ਕਹਿੰਦੇ ਨੇ ਨਵਜੋਤ ਸਿੱਧੂ ਜਲਦੀ ਬਾਹਰ ਆ ਰਹੇ ਨੇ, ਪ੍ਰਧਾਨਗੀ ਦੀ ਦੌੜ ਦੇ ਵਿੱਚ ਲੱਗ ਸਕਦੇ, ਕੀ ਸਮਝਦੇ ਪ੍ਰਧਾਨਗੀ ਬਦਲਣੀ ਚਾਹੀਦੀ ਹੈ ਜਾਂ ਨਹੀਂ? ਨਹੀਂ, ਇਹ ਸਾਡੀ ਪਾਰਟੀ ਦੇ ਇੰਟਰਨਲ ਮਾਮਲੇ ਆ, ਜੋ ਕੁਛ ਕਰਨਾ ਸਾਡੀ ਹਾਈ ਕਮਾਂਡ ਨੇ ਫੈਸਲੇ ਲੈਣੇ ਹੁੰਦੇ ਨੇ, ਕਦੋਂ ਲੈਣੇ ਆ, ਕੀ ਲੈਣੇ ਆ, ਕਿਵੇਂ ਲੈਣੇ ਆ, ਇਹ ਉਹਨਾਂ ਦਾ ਪ੍ਰੈਰੋਗੇਟਿਵ ਹੈ, ਉਹਦੇ 'ਚ ਸਾਡਾ ਅਸੀਂ ਸਟੇਟ ਦਾ ਕੋਈ ਰੋਲ ਨਹੀਂ ਹੈ। ਤੁਹਾਨੂੰ ਰਾਏ ਪੁੱਛਣਗੇ, ਅਸੀਂ ਜਾ ਕੇ ਆਪਣੀ ਰਾਏ ਦੇਵਾਂਗੇ, ਸਜ਼ਾ ਪੂਰੀ ਕੀਤੀ ਉਹਨਾਂ ਨੇ ਵਾਪਸ ਆ ਕੇ ਜੋੜ ਰਹੇ ਨੇ ਕਾਂਗਰਸ ਨਹੀਂ। ਜਿੱਦਾਂ ਅੱਜ ਤੱਕ ਅਸੀਂ ਦੇਖਿਆ ਹੈਗਾ ਕਿ ਜਿਸ ਤਰੀਕੇ ਦੇ ਨਾਲ ਲੋਕਾਂ ਨੇ ਬਦਲਾਓ ਕਰਕੇ ਕਾਂਗਰਸ ਨੂੰ ਹਰਾਏ ਸੀ, ਅੱਜ ਉਹ ਕਾਂਗਰਸ ਮੁੜ ਕੇ ਫਿਰ ਆਪਣੇ ਪੈਰਾਂ 'ਤੇ ਖੜੀ ਹੋ ਰਹੀ ਹੈ, ਸਾਰੇ ਥਾਵਾਂ 'ਤੇ ਖੜੀ ਹੋ ਰਹੀ ਹੈ, ਮਿਹਨਤ ਕਰ ਰਹੇ ਆ, ਰਾਜਾ ਵੜਿੰਗ ਵੀ ਕਰ ਰਿਹਾ, ਸਾਰੇ ਸਾਡੇ ਵਰਕਰ ਕਰ ਰਹੇ ਨੇ, ਇੱਕ ਇੱਕ ਮਨ ਦੇ ਵਿੱਚ ਲੋਕਾਂ ਦੇ ਵਿੱਚ ਕਾਂਗਰਸ ਜੋ ਵਸੀ ਹੈ ਉਹ ਜਾਗੀ ਹੈ, ਅਮੰਗ ਕੇ ਆਈ ਹੈ। ਤੁਸੀਂ ਆਹ ਦੇਖੋਗੇ ਜਿਹੜੀ ਭਾਰਤ ਜੋੜੋ ਯਾਤਰਾ, ਇਹਦੇ ਵਿੱਚ ਕਿਵੇਂ ਲੋਕਾਂ ਦਾ ਇੱਥੇ ਇੱਕ ਜੋਸ਼ ਸਾਹਮਣੇ ਸੜਕਾਂ 'ਤੇ ਨਿਖਰ ਕੇ ਆਉਂਦਾ।